ਓ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਆਪਾਂ ਵੋਕਲ ਬੂਥ ਬਣਾਉਣ ਦੀ ਤਿਆਰੀ ਕਰ ਰਹੇ ਹਾਂ। ਪਹਿਲਾਂ ਤਾਂ ਮੈਂ ਦੱਸਣਾ ਵੀ ਮੈਂ ਘਰ ਹੈ ਨਹੀਂ ਸੀ, ਅਤੇ ਨਾ ਹੀ ਮੈਂ ਵੀਡੀਓ ਬਣਾਈ ਆ, ਅਤੇ ਨਾ ਹੀ ਮੇਰੇ ਤੋਂ ਕੋਈ ਕੰਮ ਕਰਾ ਸਕਿਆ। ਮੈਂ ਬਾਹਰ ਸੀ, ਰੋਜ਼ ਹੀ ਕਹਿੰਦੇ ਸੀ ਵੀ ਅੱਜ ਬਣਾਉਣਾ ਅੱਜ ਬਣਾਉਣਾ, ਅਤੇ ਡੈਡੀ ਘਰ ਸੀਗੇ, ਅਤੇ ਫਿਰ ਮੈਂ ਡੈਡੀ ਇਹਨਾਂ ਨੂੰ ਕਹਿਤਾ ਸੀਗਾ ਵੀ ਤੁਸੀਂ ਵੀਡੀਓ ਬਣਾ ਲਿਓ, ਅਤੇ ਮਿਸਤਰੀ ਨਾਲ ਵੀ ਇਹ ਉਹ ਦੱਸ ਦਿਓ ਉਹਨਾਂ ਨੂੰ ਵੀ ਕਿਵੇਂ ਕਰਨਾ। ਅਤੇ ਸਾਰਾ ਡੈਡੀ ਨੂੰ ਮੈਂ ਪਹਿਲਾਂ ਦੱਸ ਗਿਆ ਸੀ, ਡੈਡੀ ਕਹਿੰਦੇ ਕੋਈ ਨਾ, ਅਤੇ ਜਾਣੀ ਆਹ ਆਪਾਂ 9 ਇੰਚੀ ਕੱਟਣ ਲੱਗੇ, ਕਿਉਂਕਿ ਜਿੱਥੇ ਲਾਉਣਾ ਉੱਥੇ ਵਿੱਚ ਥੰਮਣਾ ਆਉਂਦਾ, ਅਤੇ ਥੰਮਣਾ ਵਿੱਚ ਲੈਣਾ ਵਾ, ਉਸ ਕਰਕੇ 9 ਇੰਚੀ ਕੱਟ ਦੇਣੀ। ਪਲਾਈਵੁੱਡ ਹੈਗੇ 9x4 ਦੇ, ਆਪਾਂ 7x4 ਦਾ ਕਮਰਾ ਬਣਾਉਣਾ ਵਾ, ਅਤੇ ਜਾਣੀ 2-2 ਫੁੱਟ ਉੱਤੋਂ ਵੀ ਕੱਟੇ ਜਾਣੇ ਆ, ਸਾਈਡ ਤੋਂ 9 ਇੰਚੀ ਕੱਟਿਆ ਜਾਂਦਾ ਵਾ। ਉੱਤੋਂ ਬਾਅਦ ਜਿੱਥੇ ਲਾਉਣਾ ਉੱਥੇ ਬਹੁਤ ਦਿਨਾਂ ਦੇ ਕਰਨ ਲੱਗੇ ਸੀ ਵੀ ਅੱਜ ਬਣਾਉਂਦੇ ਹਾਂ, ਅੱਜ ਬਣਾਉਂਦੇ ਹਾਂ, ਅੱਜ ਬਣਾਉਂਦੇ, ਟਾਈਮ ਲੰਘੀ ਜਾਂਦਾ ਸੀਗਾ। ਅਤੇ ਮੈਂ ਸੋਚਿਆ ਸੀ ਕਿ ਚੱਲ ਕੋਈ ਨਾ, ਮੈਂ ਲੁਧਿਆਣੇ ਗਿਆ ਸੀ ਵੀ ਜੇ ਮੈਂ ਬਾਹਰ ਹਾਂ ਵੀ ਵੋਕਲ ਬੂਥ ਬਣ ਜਾਵੇ, ਅਤੇ ਮਿਸਤਰੀ ਵੀ ਦਾ ਵੀ ਫੋਨ ਆ ਗਿਆ ਸੀ ਅੰਕਲ ਦਾ, ਅਤੇ ਉਹ ਕਹਿੰਦੇ ਸੀਗੇ ਵੀ ਅੱਜ ਬਣਾ ਲਓ, ਅੱਜ ਵੀ ਮੈਂ ਘਰ ਹਾਂ ਵੀ ਫਿਰ ਕੀ ਪਤਾ ਵੀ ਕਿੱਥੇ ਹੋਵਾਂ, ਅਤੇ ਤਾਂ ਕਰਕੇ ਫਿਰ ਮੈਂ ਘਰ ਕਹਿਤਾ ਸੀਗਾ ਵੀ ਤੁਸੀਂ ਅੰਕਲ ਨੂੰ ਦੱਸ ਦਿਓ ਵੀ ਕਿਵੇਂ ਕਿਵੇਂ ਕਰਨਾ, ਵੀ ਉਹਨਾਂ ਨੇ ਬਣਾਈ ਜਾਣਾ ਵਾ। ਅਤੇ ਫਿਰ ਨਾਲ ਡੈਡੀ ਲੱਗ ਗਏ ਸੀ ਉਹਨਾਂ ਦੇ, ਅਤੇ ਆਹ ਪਹਿਲਾਂ ਆਹ ਪੱਲਾ ਕੱਟ ਲਿਆ ਸੀਗਾ, ਉਹ ਤੋਂ ਬਾਅਦ ਅੰਦਰ ਲੈ ਕੇ ਜਿੱਥੇ ਲਾਉਣਾ ਸੀਗਾ ਉਹ ਦੇਖੋ ਥਾਵਣਾ, ਥਾਵਣੇ ਤੋਂ ਜਾਣੀ ਆਪਾਂ 4 ਫੁੱਟ ਪੂਰੇ 4 ਫੁੱਟ ਰੱਖਣੇ ਥਾਵਣਾ ਵਿੱਚ ਲੈ ਕੇ, ਅਤੇ ਜਿੱਥੇ ਪਲਾਈਵੁੱਡ ਲਾਇਆ ਇਹਦੇ ਪਿੱਛੇ ਗੇਟ ਸੀਗਾ, ਗੇਟ ਨੂੰ ਪਹਿਲਾਂ ਆਪਾਂ ਥਰਮੋਕੋਲ ਨਾਲ ਕਵਰ ਕੀਤਾ ਸੀ, ਥਰਮੋਕੋਲ ਕਵਰ ਕਰਕੇ ਉੱਤੇ ਪਲਾਈਵੁੱਡ ਲਾਉਣਾ ਸੀਗਾ, ਅਤੇ ਉੱਧਰ ਜਿੱਥੇ ਉਹ ਥਰਮੋਕੋਲ ਲੱਗੀ ਉੱਧਰ ਟਾਕੀਆਂ ਸੀ, ਟਾਕੀਆਂ ਨੂੰ ਵੀ ਥਰਮੋਕੋਲ ਨਾਲ, ਜਿਵੇਂ ਉਹ ਦੇਖੋ ਉਹ ਗੇਟ ਸੀ, ਗੇਟ ਨੂੰ ਥਰਮੋ ਕੋਲ ਨਾਲ ਕਵਰ ਕਰਤਾ ਡਬਲ, ਫਿਰ ਉਹਦੇ ਉੱਤੇ ਪਲਾਈਵੁੱਡ ਲਾ ਕੇ ਸਾਰਾ ਜਦੋਂ ਬਣ ਗਿਆ, ਫਿਰ ਉੱਥੇ ਅਕੋਸਟਿਕ ਫੋਮ ਲਾਉਣੀ ਆ, ਅਕੋਸਟਿਕ ਫੋਮ ਨਾਲ ਜਾਣੀ ਆਵਾਜ਼ ਵੋਕਲ ਘੱਟ ਜੂਗੀ। ਪਹਿਲਾਂ ਤਾਂ ਸੀਗਾ ਵੀ ਸਾਰਾ ਕਮਰਾ ਵੀ ਇਸ ਕਮਰੇ 'ਚ ਅਕੋਸਟਿਕ ਫੋਮ ਲਾ ਦਈਏ, ਪਰ ਫਿਰ ਸੀਗਾ ਵੀ ਸਾਰੇ ਕਮਰੇ 'ਚ ਆਵਾਜ਼ ਰੁਕਣੀ ਨਹੀਂ, ਅਤੇ ਫਿਰ ਸੋਚਿਆ ਵੀ ਚਲੋ ਵੋਕਲ ਬੂਥ ਬਣਾ ਲਈਏ, ਉਹਦੇ ਵਿੱਚ ਆਵਾਜ਼ ਰੁਕ ਜੂਗੀ ਕਮਰੇ 'ਚ ਆਈ ਜਾਵੇ ਤਾਂ ਕੋਈ ਚੱਕਰ ਨਹੀਂ। ਅਤੇ ਫਿਰ ਹੌਲੀ 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 ਲੱਗੇ ਸੀ ਕਦੋਂ ਤੇ, ਨਾਲ ਥੋੜ੍ਹੀ ਥੋੜ੍ਹੀ ਜਿੰਨੀ ਵੀ ਹੁੰਦੀ ਹੈ ਵੀਡੀਓ ਪਾਈ ਜਾਂਦੇ ਆ, ਕੀ ਪਤਾ ਵੀ ਕੰਮ ਹੀ ਚੱਲ ਪਵੇ ਐਵੇਂ, ਠੀਕ ਆ। ਉਹ ਉੱਤੇ ਰੋਸ਼ਨਦਾਨ ਵੀ ਪਲਾਈਵੁੱਡ ਲਾ ਕੇ ਉੱਤੇ ਕੌਸਟਿਕ ਫੋਮ ਲਾ ਕੇ ਬੰਦ ਕਰ ਦੇਣੇ, ਅਤੇ ਇੱਥੇ ਪਹਿਲਾਂ ਹਾਂ ਅੱਗ ਉਹ ਪੇਚਾਂ ਨੂੰ ਝੀਰੀਆਂ ਮਾਰੀਆਂ ਸੀ, ਅਤੇ ਇਹਦੇ ਉੱਤੇ ਫਿਰ ਪਲਾਈਵੁੱਡ ਲਾਤੀ ਗੇਟ ਦੇ, ਨਾਲ ਤਾਂ ਪੂਰਾ ਗੇਟ ਕਵਰ ਹੋ ਗਿਆ, ਨਾਲੇ ਉੱਤੋਂ ਆਵਾਜ਼ ਆਉਣੀ ਥੋੜ੍ਹੀ ਘੱਟ ਗਈ ਸੀਗੀ, ਜਿਹੜੇ ਉਹ ਥਰਮੋਕੋਲ ਬਾਹਰ ਨਿਕਲਦੇ ਸੀ ਉਹ ਵੀ ਸੈੱਟ ਆ ਗਏ ਸੀਗੇ। ਸਮਾਨ ਵੀ ਕਮਰੇ 'ਚ ਕਾਫੀ ਸਮਾਨ ਪਿਆ ਸੀ, ਕੰਪਿਊਟਰ ਅਤੇ ਹੋਰ ਵੀ ਅਕੋਸਟਿਕ ਫੋਮ ਜਾਣੀ ਸਾਈਡ 'ਤੇ ਰੱਖਿਆ ਹੋਇਆ ਸੀਗਾ, ਕਾਫੀ ਸਮਾਨ ਜਿਹਾ ਪਿਆ ਹੋਇਆ ਸੀਗਾ ਇਹਨਾਂ ਨੇ ਪਹਿਲਾਂ ਸਾਈਡ 'ਤੇ ਕਰਕੇ, ਚਲੋ ਆਪਣਾ ਜਿਹੜੀ ਪਲਾਈਆਂ ਸੀਗੀਆਂ ਫਿੱਟ ਕਰਤੀਆਂ, ਆਪਣਾ ਐਲ ਬੱਤੀਆਂ ਨਾਲ ਜਾਣੀ ਲਾਤੀਆਂ ਸੀ ਬਣਾਈਆਂ, ਹੁਣ ਇੱਕ ਉਹ ਤਾਂ ਕੰਧ ਨਾਲ ਲੱਗ ਗਈ, ਠੀਕ ਆ, ਹੁਣ ਪੇਚ ਲਾ ਗਏ, ਉਹ ਤੋਂ ਬਾਅਦ ਜਿਹੜੀ ਇਹਦੇ ਨਾਲ ਇੱਧਰਲੇ ਪਾਸੇ ਇੱਕ ਪਲਾਈ ਖੜ੍ਹੀ ਕਰਨੀ, ਉਹ ਐਲ ਬੱਤੀਆਂ ਨਾਲ ਲੱਗ ਗਈ ਸੀ, ਉਹ ਕੰਧ ਵਾਲੇ ਪਾਸੇ ਤਾਂ ਅਸੀਂ ਲਾਉਣਾ ਨਹੀਂ ਹੈਗਾ, ਕੰਧ ਵਾਲੇ ਪਾਸੇ ਤਾਂ ਉਵੇਂ ਹੀ ਰੱਖ ਲੈਣਾ, ਅਤੇ ਆਹ ਜਿਹੜੀ ਦੂਜੀ ਪਲਾਈ ਆ ਇਹ ਪਲਾਈ ਫਰੰਟ 'ਤੇ ਆਉਣੀ ਆ, ਆਪਣੇ ਇਹਦੇ ਵਿੱਚੋਂ ਜਾਣੀ 2x3 ਜਾਂ 2x3 ਦਾ ਹੋਲ ਕੱਟਿਆ ਜਾਣਾ, ਜਿਹਦੇ ਵਿੱਚ ਸ਼ੀਸ਼ਾ ਲੱਗੂਗਾ, ਇੱਥੇ ਐਲ ਪੱਤੀਆਂ ਨਾਲ ਲੱਗ ਗਈ ਸੀ, ਇਹਦੇ ਵਿੱਚ ਇੱਧਰਲੇ ਪਾਸੇ ਸ਼ੀਸ਼ਾ ਆਜੂ ਤਾਂ ਕਿ ਬੰਦਾ ਉੱਧਰ ਬੈਠਾ ਅੰਦਰ ਜਿਹੜਾ ਵੋਕਲ ਰਿਕਾਰਡ ਕਰਦਾ ਉਹਨੂੰ ਉਹਨੂੰ ਦੇਖ ਸਕੇ। ਚਲੋ ਸਾਡੀ ਮਿਹਨਤ ਤਾਂ ਜਾਰੀ ਆ, ਹੌਲੀ ਹੌਲੀ
ਅਸੀਂ ਜਾਣੀ ਕਰਦੇ ਰਹਾਂਗੇ ਮਿਹਨਤ, ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ, ਤੁਹਾਨੂੰ ਦਿਖਾਉਂਦੇ ਰਹਾਂਗੇ, ਅਤੇ ਤੁਸੀਂ ਵੀ ਸਾਡਾ ਸਾਥ ਦਿਓ, ਅੱਗੇ ਮਿਹਨਤ ਨੂੰ ਫਲ ਲੱਗੇ। ਬਾਕੀ ਮੇਨ ਗੱਲ ਇਹ ਹੈ ਕਿ ਇਹ ਮੇਰੇ ਇਕੱਲੇ ਦੇ ਹੱਥ ਵੱਸ ਦੀ ਗੱਲ ਨਹੀਂ ਸੀ, ਸਾਡੀ ਟੀਮ ਬਣੀ ਹੋਈ ਹੈ ਅਤੇ ਜਿੰਨੇ ਜਿੰਨੇ ਪੈਸੇ ਆਉਂਦੇ ਆ ਉਹ ਪਾਈ ਜਾਂਦੇ ਨੇ, ਸਾਰੀ ਥੋੜ੍ਹੇ ਥੋੜ੍ਹੇ ਜਿੰਨੇ ਜਿੰਨੇ ਵੀ ਹਿੱਸੇ 'ਚ ਆਉਂਦੇ ਆ ਪਾਈ ਜਾਂਦੇ ਨੇ, ਅਤੇ ਉਹਨਾਂ ਨਾਲ ਵਧੀਆ ਕੰਮ ਚੱਲੀ ਜਾਂਦਾ, ਤਾਂ ਕਿ ਮੈਨੂੰ ਇਕੱਲੇ ਬੰਦੇ ਨੇ 'ਤੇ ਵੀ ਜ਼ਿਆਦਾ ਬਰਡਨ ਨਹੀਂ ਆਉਂਦਾ। ਵੰਡ ਕੇ ਜਦੋਂ ਕਰਦੇ ਹਾਂ ਤਾਂ ਇਹਨਾਂ ਇਕੱਲੇ ਬੰਦੇ 'ਤੇ ਵੀ ਹਾਂ ਬਰਡਨ ਨਹੀਂ ਆਉਂਦਾ, ਵੰਡ ਕੇ ਵਧੀਆ ਜਾਣੀ ਵਧੀਆ ਵੀ ਕੰਮ ਹੋ ਜਾਂਦਾ ਅਤੇ ਸਰ ਵੀ ਜਾਂਦਾ ਇਕੱਲੇ ਇਕੱਲੇ ਦਾ, ਵੱਧ ਨਹੀਂ ਲੱਗਦੇ। ਹਾਂ ਬਾਕੀ ਦੇਖਦੇ ਹਾਂ ਮਿਊਜ਼ਿਕ ਦਾ, ਚਲੋ ਅਜੇ ਇੰਨਾ ਪਤਾ ਨਹੀਂ ਹੈਗਾ, ਸਿੱਖ ਨਾਲ ਦੀ ਨਾਲ ਸਿੱਖੀ ਜਾਂਦੇ ਹਾਂ, ਜੇ ਕੋਈ ਕੰਮ ਵੀ ਕਰਦੇ ਹਾਂ ਜਦੋਂ ਇੱਧਰ ਲੋਟ ਆ ਗਿਆ ਫਿਰ ਪੂਰੀ ਤਰ੍ਹਾਂ ਹੀ ਇੱਧਰ ਆ ਜਾਵਾਂਗੇ, ਨਾਲ ਦੀ ਨਾਲ ਹੁਣ ਫਿਰ ਘਰ ਦਾ ਖਰਚਾ ਵੀ ਚਲਾਉਣਾ ਅਤੇ ਕੰਮ ਵੀ ਕਰਨਾ ਪੈਂਦਾ ਨਾ, ਜਦੋਂ ਇੱਧਰ ਆਪਣਾ ਪੂਰੀ ਤਰ੍ਹਾਂ ਲੋਟ ਆ ਗਿਆ ਫਿਰ ਪੂਰੀ ਤਰ੍ਹਾਂ ਹੀ ਸਾਰਾ ਕੁਛ ਹੀ ਫਿਰ ਇਹ ਤੋਂ ਕਰ ਲਵਾਂਗੇ। ਅਤੇ ਬਾਕੀ ਨਾਲ ਦੀ ਨਾਲ ਤੁਹਾਨੂੰ ਵੀਡੀਓ ਤੋਂ ਸ਼ੇਅਰ ਕਰਦੇ, ਜਦੋਂ ਪੂਰਾ ਬਣ ਗਿਆ ਫਿਰ ਵੀ ਵੀਡੀਓ ਸ਼ੇਅਰ ਕਰਾਂਗੇ ਮੈਂ, ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਾਡਾ ਵੀ ਹੌਸਲਾ ਵਧੇ ਕਿ ਅਸੀਂ ਹੋਰ ਵੀਡੀਓ ਬਣਾਈਏ। ਅਤੇ ਇਸ ਲੋਟ ਲੱਗ ਗਿਆ ਸੀਗਾ, ਤਾਂ ਇੱਕ ਪਲਾਈਬੋਰਡ 'ਚੋਂ ਗੇਟ ਤਾਂ ਉਹਨਾਂ ਕੁ ਕੱਟਤਾ ਸੀ, ਇਹ ਤੋਂ ਬਾਅਦ ਉੱਪਰ ਛੱਤ ਧਰਤੀ ਅਤੇ ਆਪਣਾ ਕਵਰ ਹੋ ਗਿਆ ਸੀ, ਹਜੇ ਇਹਨੂੰ ਗੇਟ ਲਾਉਣਾ, ਅਤੇ ਜਦੋਂ ਗੇਟ ਵਾਲੀ ਵੀਡੀਓ ਫਿਰ ਅਗਲੇ ਦਿਨ ਬਣਾ ਲਵਾਂਗੇ, ਕਿਉਂਕਿ ਅਗਲੇ ਦਿਨ ਹੀ ਗੇਟ ਲੱਗਣਾ, ਉਹਨੇ ਚਲੇ ਜਾਣਾ, ਨਾਲੇ ਸ਼ੀਸ਼ਾ ਲੱਗ ਜੂਗਾ ਫਿਰ ਪੂਰਾ ਬਣ ਜੂ, ਫਿਰ ਉਹਦੀ ਵੀਡੀਓ ਪਾ ਦਾਂਗੇ। ਉਸ ਤੋਂ ਬਾਅਦ ਜਦੋਂ ਫਿਰ ਕੌਸਟਿਕ ਫਾਰਮ ਲਾ ਕੇ ਪੂਰਾ ਤਿਆਰ ਕਰ ਲਿਆ, ਨਾਲੇ ਕਮਰਾ ਵੀ ਉਹਦੀ ਪਾ ਦਾਂਗੇ, ਫਿਰ ਜਦੋਂ ਕਮਰਾ ਤਿਆਰ ਹੋ ਗਿਆ ਫਿਰ ਉਹਦੀ ਵੀ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ। ਚਲੋ ਇੰਨੀ ਕੁ ਵੀਡੀਓ ਬਣਾਈ ਆ, ਅਤੇ ਮੈਨੂੰ ਉਮੀਦ ਆ ਤੁਹਾਨੂੰ ਸਭ ਨੂੰ ਵਧੀਆ ਲੱਗੀ ਹੋਊ, ਅਤੇ ਜਿਹੜਾ ਇਹਦਾ ਬਜਟ ਆ ਕੋਈ ਨਾ, ਮੈਂ ਉਹ ਜਦੋਂ ਪੂਰਾ ਬਣ ਗਿਆ ਫਿਰ ਉਹਦੇ ਵਿੱਚ ਮੈਂ ਸਾਰਾ ਬਜਟ ਜਿੰਨਾ ਜਿੰਨੇ 'ਚ ਪਿਆ ਸਾਨੂੰ ਉਹ ਸ਼ੇਅਰ ਕਰ ਦੂੰਗਾ, ਕਿਉਂਕਿ ਪਲਾਈ ਬੋਰਡ ਵੀ ਸਾਨੂੰ ਸਸਤੇ ਮਿਲ ਗਏ ਸੀਗੇ, 30-32 ਰੁਪਏ ਫੁੱਟ ਮਿਲ ਗਏ ਸੀ ਪੌਣੇ ਇੰਚੇ ਦੇ, ਮੈਂ ਉਹ ਤਾਂ ਪੁੱਛਿਆ ਸੀ, ਇਹ ਹੈਗੇ ਸੀ ਜਾਣੀ ਸੈਕਿੰਡ ਹੈਂਡ ਪੂਰੇ ਨਵੇਂ ਪਏ ਸੀਗੇ। ਹਾਂ ਬਾਕੀ ਧੰਨਵਾਦ ਜੀ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ।